पंजाब सरकार पराली जलाने को लेकर नाकामयाब रही है। दरअसल अब तक मोगा में 500 से भी ज्यादा किसानों पर मामले दर्ज हो चुके हैं और लगभग सैकड़ों चालान काटे जा चुके हैं। वहीं मोगा का एक किसान ऐसा भी है जो 38 एकड़ की खेती करता है, जिसने 2006 से लेकर अब तक पराली को आग नहीं लगाई है। देखो जी, मैं 2006 तो इस खेत दे विच अग नहीं लाई, बिल्कुल भी नहीं लाई, और मैनू इहदे विच कोई एक पैसे का लॉस नहीं होया। मैनू इहदे विचों फायदा होया, जिन्ना भी फायदा होया, जिहदे विच खर्चा घटिया, झाड़ वधिया। और जिहड़ी तुसीं गल कर रहे हैं सरकारां दी, सरकारां दे जो फैसले है, जिस तरह हुण सरकारां ने की कीता कि जुर्माने लाओ या परचे कट्टो, जिमीदार दे उत्ते जिहड़ा कि पहले ही कर्जे की मार्च है उहदे उपर जुर्माना लाउणा या परचे कट्टणे, इस समस्या का हल नहीं है। इहनू बिल्कुल ग्रासरूट लैवल ते जाके पिंडां दे विच इहनू सॉर्ट आउट करना चाहिए कि इहदा की हल हैगा। और ਇਹਦਾ ਇੱਕੋ ਹੱਲ ਹੈ ਕਿ ਸਾਰੇ ਫਾਰਮਰਸ ਨੂੰ ਜਾਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੈ ਉਹਨਾਂ ਦੇ ਵਿੱਚ ਜਿਹੜੇ ਹੈ ਇੰਪਲੀਮੈਂਟਸ ਮੁਹੱਈਆ ਕਰਾਉਣੇ ਚਾਹੀਦੇ ਹੈ, ਜਿਹਦੇ ਨਾਲ ਕਿ ਫਾਰਮਰ ਜਿਹੜਾ ਹੈ ਉਹ ਆਪਦਾ ਪਰਾਲੀ ਦਾ ਹੱਲ ਕਰ ਸਕੇ। ਜਿਹੜਾ ਤੁਸੀਂ ਪਿਛਲੇ 2006 ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ, ਫਿਰ ਕਿਹਦਾ ਹੱਲ ਕੱਢਿਆ ਜੀ ਤੁਸੀਂ? ਦੇਖੋ ਜੀ, ਅਸੀਂ ਤਾਂ ਇਸਨੂੰ ਸਭ ਤੋਂ ਪਹਿਲਾਂ ਤਾਂ ਉਦੋਂ ਕੰਬਾਈਨ ਦੇ ਪਿੱਛੇ SMS ਨਹੀਂ ਸੀ ਆਏ ਹੁੰਦੇ ਕਿ ਜਿਹੜੇ ਹੁਣ ਸਰਕਾਰ ਨੇ ਜ਼ਰੂਰੀ ਕਰਦੇ ਆ। SMS ਜਿਹੜੀ ਬਹੁਤ ਵਧੀਆ ਚੀਜ਼ ਹੈ, ਜਿਹਦੇ ਨਾਲ ਠੀਕ ਹੈ ਥੋੜ੍ਹਾ ਜਿਹਾ ਉਹਦਾ ਰੈਂਟ ਵੱਧ ਜਾਂਦਾ ਕੰਬਾਈਨ ਦੀ ਕਟਾਈ ਦਾ। ਪਹਿਲਾਂ ਅਸੀਂ ਜਿਹੜੀ ਮਸ਼ੀਨ ਪਿੱਛੇ ਜਿਹਨੂੰ ਆਪਾਂ ਲੂਜ਼ ਸਟਰੋਕ ਕਹਿ ਦਿੰਦੇ ਹਾਂ, ਜਿਹੜੀ ਪਿੱਛੇ ਪਰਾਲੀ ਸਿੱਟਦੀ ਹੈ, ਉਹਨੂੰ ਅਸੀਂ ਬੰਦੇ ਲਾ ਕੇ ਖਿਲਾਰਦੇ ਹੁੰਦੇ ਸੀ, ਔਰ ਉਸ ਤੋਂ ਬਾਅਦ ਅਸੀਂ ਇਹਨੂੰ ਰੋਟਾਵੇਟਰ ਮਾਰ ਕੇ ਰੌਣੀ ਕਰਦੇ ਹੁੰਦੇ ਸੀਗੇ, ਕਿਉਂਕਿ ਸਾਡੇ ਕੋਲ ਜਿਹੜੀਆਂ ਸ਼ੋਰਟ ਡਿਊਰੇਸ਼ਨ ਵਰਾਈਟੀਜ਼ ਹੁੰਦੀਆਂ ਜਾਂ ਬਾਸਮਤੀ ਦੀ ਜਾਂ ਝੋਨੇ ਦੀ, ਸਾਡੇ ਕੋਲ ਟਾਈਮ ਹੁੰਦਾ, ਉਹਨੂੰ ਅਸੀਂ ਰੌਣੀ ਕਰਕੇ ਫਿਰ ਅਸੀਂ ਉਹਨੂੰ ਵਿੱਚ ਵਾਹੁੰਦੇ ਹੁੰਦੇ ਸੀਗੇ। ਪਰ ਆਹ ਜਦੋਂ ਦਾ ਸਾਡੇ ਕੋਲ ਅਸੀਂ ਚੋਪਰ ਐਂਡ ਸ਼ਰੈਡਰ ਲਿਆਂਦਾ ਅਤੇ ਹੈਪੀ ਸੀਡਰ ਹੈ, ਇਹ ਸਭ ਤੋਂ ਵਧੀਆ ਔਰ ਸਸਤਾ ਹੱਲ ਹੈ ਜੀ ਇਹ, ਜਿਹੜਾ ਅਸੀਂ ਇਹਦੇ ਨਾਲ ਚੋਪਰ ਦੇ ਨਾਲ ਇਹਨੂੰ ਕੁਤਰਾ ਕਰਕੇ ਔਰ ਹੈਪੀ ਸੀਡਰ ਨਾਲ ਬੀਜ ਦੇਣਾ, ਜਿਹਦਾ ਸਾਡਾ ਆਪਦੇ ਇੰਪਲੀਮੈਂਟਸ ਹੋਣ ਕਾਰਨ ਤਕਰੀਬਨ ਤੁਸੀਂ ਮੰਨ ਕੇ ਚੱਲੋ ਜੀ 1100 ਰੁਪਇਆ ਪਰ ਏਕੜ ਸਾਡਾ ਇਹਦੇ 'ਤੇ ਖਰਚਾ ਆਉਂਦਾ ਬਿਜਾਈ ਦਾ। ਅਕਾਲੀ ਦਲ ਦੇ ਸੀਨੀਅਰ ਨੇਤਾ ਜਥੇਦਾਰ ਤੋਤਾ ਸਿੰਘ ਨੇ ਇਸ ਕਿਸਾਨ ਨੂੰ ਡਿਪਟੀ ਸਪੀਕਰ ਦੁਆਰਾ ਸਨਮਾਨਿਤ ਵੀ ਕੀਤਾ ਥਾ। ਆਪਕੋ ਬਤਾ ਦੇਂ ਕਿ ਮੋਗਾ ਖੇਤੀਬਾੜੀ ਵਿਭਾਗ ਕੀ ਤਰਫ ਸੇ ਇਸ ਕਿਸਾਨ ਕੋ ਦੂਸਰੇ ਗਾਵੋਂ ਮੇ ਜਾਕਰ ਸੈਮੀਨਾਰ ਕਰਨੇ ਕੇ ਲੀਏ ਵੀ ਕਹਾ ਜਾ ਰਹਾ ਹੈ, ਤਾਕਿ ਵਹ ਆਪਣਾ ਤਜਰਬਾ ਗਾਂਵ ਵਾਸੀਓ ਕੋ ਬਤਾ ਸਕੇ। मोगा से न्यूज़ के लिए सुखजिंदर कुमार की रिपोर्ट।